ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਨ੍ਹਾਂ ਨੇ ਵੀ ਵਾਰਡ ਅਟੈਂਡੈਂਟ ਦਾ ਪੇਪਰ ਦੇਣਾ ਹੈ 14 ਨਵੰਬਰ ਨੂੰ ਉਹਨਾਂ ਲਈ ਇਹ ਸਪੈਸ਼ਲ ਵੀਡੀਓ ਹੈ ਅੱਜ ਮੈਂ ਤੁਹਾਨੂੰ ਪੰਜਾਬ ਜੀਕੇ ਦੇ ਬੇਸਿਕ ਕੁਐਸਚਨ ਕਰਵਾਉਂਗਾ ਜਿਸ ਤਰ੍ਹਾਂ ਦੇ ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਆ ਸਕਦੇ ਆ ਠੀਕ ਹੈ ਜਿਹੜਾ ਮੈਂ ਤੁਹਾਡੇ ਲਈ ਸਪੈਸ਼ਲ ਨੋਟਸ ਬਣਾਏ ਹੈ ਇਹਨਾਂ ਵਿੱਚੋਂ ਮੈਂ ਤੁਹਾਨੂੰ ਇਹ 20 ਕੁਐਸਚਨ ਕਰਵਾਉਂਗਾ ਮੈਂ ਠੀਕ ਹੈ ਤੁਹਾਡੇ ਲਈ ਮੈਂ ਸਪੈਸ਼ਲ ਨੋਟਸ ਤਿਆਰ ਕੀਤੇ ਆ ਜਿਸ ਦੇ ਵਿੱਚ ਹੋਮ ਵੇਸਟ ਕੇਅਰ ਐਂਡ ਹਸਪੀਟਲ ਵੇਸਟ ਕੇਅਰ ਦੇ ਕੁਐਸਚਨ ਹੋਣਗੇ ਉਸ ਤੋਂ ਇਲਾਵਾ 114 ਪੇਜਾਂ ਦੀ ਇੱਕ ਆ ਪੀਡੀਐਫ ਹੈ ਜਿਸ ਦੇ ਵਿੱਚ ਤੁਹਾਨੂੰ ਸਾਇੰਸ ਦੇ ਕੁਐਸਚਨ ਪੋਲਟੀ ਜੀਓਗ੍ਰਾਫੀ ਅਤੇ ਹੋਰ ਬੇਸਿਕ ਜੀਕੇ ਦੇ ਕੁਐਸਚਨ ਤੁਹਾਨੂੰ ਮਿਲਣਗੇ ਠੀਕ ਹੈ ਦੋ ਪੀਡੀਐਫਾਂ ਤੁਹਾਨੂੰ ਮਿਲਣਗੀਆਂ ਇੱਕ ਪੀਡੀਐਫ ਤਾਂ ਤੁਹਾਨੂੰ ਹੋਮ ਬੇਸਡ ਕੇਅਰ ਐਂਡ ਹਸਪੀਟਲ ਬੇਸਡ ਕੇਅਰ ਦੇ ਕੁਐਸਚਨਾਂ ਦੀ ਹੀ ਮਿਲੇਗੀ ਜਿਸ ਦੇ 31 ਪੇਜ ਹਨ ਪਲੱਸ 114 ਪੇਜ ਇਸ ਪੀਡੀਐਫ ਦੇ ਹਨ ਜੇ ਤੁਸੀਂ ਇਹ ਲੈਣਾ ਚਾਹੁੰਦੇ ਹੋ ਤਾਂ ਸਿਰਫ ਤੇ ਸਿਰਫ ਇਹ 99 ਰੁਪਏ ਦੇ ਵਿੱਚ ਇਹ ਤੁਹਾਨੂੰ ਮੈਂ ਦੇ ਰਿਹਾ ਹਾਂ ਅੱਜ ਮੈਂ ਤੁਹਾਨੂੰ ਇਸ ਪੀਡੀਐਫ ਵਿੱਚੋਂ ਹੀ ਤੁਹਾਨੂੰ ਬੇਸਿਕ ਕੁਐਸਚਨ ਕਰਵਾਉਂਗਾ ਤੁਹਾਨੂੰ ਇਸ ਨਾਲ ਆਈਡੀਆ ਵੀ ਹੋ ਜਾਊਗਾ ਕਿ ਕਿਸ ਤਰ੍ਹਾਂ ਦੇ ਕੁਐਸਚਨ ਮੈਂ ਪੀਡੀਐਫ ਵਿੱਚ ਪਾਏ ਆ ਮੈਂ ਵਨ ਲਾਈਨਰ ਕੁਐਸਚਨ ਜ਼ਿਆਦਾ ਪਾਏ ਆ ਠੀਕ ਹੈ ਸੋ ਕੁਐਸਚਨ ਤੁਹਾਨੂੰ ਮੰਨ ਕੇ ਚੱਲੋ ਕਿ ਘੱਟੋ ਘੱਟ ਕੁਐਸਚਨ 600 ਪਲੱਸ ਕੁਐਸਚਨ ਤੁਹਾਨੂੰ ਇਹਨਾਂ ਦੋਨਾਂ ਪੀਡੀਐਫ ਵਿੱਚ ਮਿਲੇਗਾ ਅਤੇ ਥਿਊਰੀ ਵੀ ਮਿਲੇਗੀ ਹੋਮ ਵੇਸਟ ਕੇਅਰ ਐਂਡ ਹਸਪੀਟਲ ਵੇਸਟ ਕੇਅਰ ਦੀ ਜੋ ਵਾਰਡ ਅਟੈਂਡਰ ਨਾਲ ਨਾਲ ਰਿਲੇਟਿਡ ਥਿਊਰੀ ਹੈ ਠੀਕ ਹੈ ਜੇ ਤੁਸੀਂ ਇਹਨਾਂ ਨੂੰ ਲੈਣਾ ਚਾਹੁੰਦੇ ਹੋ ਤਾਂ ਉਸ ਦੀ ਡਿਟੇਲ ਮੈਂ ਤੁਹਾਨੂੰ ਦੱਸ ਦਾਂ ਜੇ ਤੁਸੀਂ ਇਹਨਾਂ ਨੂੰ ਲੈਣਾ ਚਾਹੁੰਦੇ ਹੋ ਤਾਂ ਇਸ ਨੰਬਰ ਦੇ ਉੱਤੇ ਸਕਰੀਨਸ਼ਾਟ ਸੈਂਡ ਕਰ ਦਿਓ ਪੇਮੈਂਟ ਦਾ Google Pay, PhonePe ਜਾਂ Paytm ਦੇ ਥਰੂ ਏਸੇ ਨੰਬਰ ਦੇ ਉੱਤੇ ਤੁਸੀਂ 99 ਰੁਪੀ ਸੈਂਡ ਕਰਕੇ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ। ਇਹੀ ਨੰਬਰ ਮੇਰਾ WhatsApp ਵਾਲਾ ਨੰਬਰ ਹੈ, ਪਰਸਨਲ ਨੰਬਰ ਵੀ ਇਹ ਹੀ ਹੈ। ਠੀਕ ਹੈ। ਜੇ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਕਰ ਸਕਦੇ ਹੋ। ਠੀਕ ਹੈ। ਵਧੀਆ ਮੈਂ ਤਿਆਰ ਕੀਤੇ ਆ ਨੋਟਸ 8ਵੀਂ ਪੱਧਰ ਦੇ ਲੈਵਲ ਦੇ ਕੁਐਸਚਨ ਤਿਆਰ ਕੀਤੇ ਆ ਪੰਜਾਬੀ ਦੇ ਵਿੱਚੇ ਤੁਹਾਨੂੰ ਕੁਐਸਚਨ ਸਾਰੇ ਮਿਲਣਗੇ। ਠੀਕ ਹੈ। ਇਸ ਦਾ ਸਕਰੀਨਸ਼ਾਟ ਲੈ ਲਓ ਤੁਸੀਂ Google Pay, PhonePe ਜਾਂ Paytm ਕਿਸੇ ਵੀ ਤਰੀਕੇ ਨਾਲ ਤੁਸੀਂ ਪੇਮੈਂਟ ਕਰ ਸਕਦੇ ਹੋ। ਇਸ ਤੋਂ ਇਲਾਵਾ UPI ਰਾਹੀਂ ਜੇ ਪੇਮੈਂਟ ਕਰਨੀ ਹੈ ਤਾਂ ਬੈਂਕ ਦੀ ਡਿਟੇਲ ਇਹ ਹੈ। ਠੀਕ ਹੈ। ਇਸ ਦਾ ਵੀ ਸਕਰੀਨਸ਼ਾਟ ਤੁਸੀਂ ਲੈ ਸਕਦੇ ਹੋ। ਠੀਕ ਹੈ। ਚਲੋ ਹੁਣ ਮੈਂ ਤੁਹਾਨੂੰ ਉਸ PDF ਵਿੱਚੋਂ ਕੁਐਸਚਨ ਕਰਵਾਉਂਗਾ ਜੋ ਮੈਂ ਤੁਹਾਡੇ ਲਈ ਸਪੈਸ਼ਲ ਤਿਆਰ ਕੀਤੀ ਹੈ। 20 ਕੁਐਸਚਨ ਕਰਵਾਉਂਗਾ ਮੈਂ ਠੀਕ ਹੈ ਪੰਜਾਬ ਦੀ ਬੇਸਿਕ ਜੀਕੇ ਦੇ ਪਰ ਉਸ PDF ਵਿੱਚ 60 ਤੋਂ ਜ਼ਿਆਦਾ ਕੁਐਸਚਨ ਹੈ ਠੀਕ ਹੈ। ਪਰ ਇਸ ਵੀਡੀਓ ਵਿੱਚ ਮੈਂ ਤੁਹਾਨੂੰ 20 ਕੁਐਸਚਨ ਕਰਵਾਉਂਗਾ ਪੰਜਾਬ ਜੀਕੇ ਦੇ ਥੋੜਾ ਜਿਹਾ ਡੈਮੋ ਦਿਖਾ ਦਿੰਨਾ ਤੁਹਾਨੂੰ ਸਾਇੰਸ ਦੇ ਕੁਐਸਚਨ ਹੈ ਸਾਇੰਸ ਦੇ ਹੀ ਇਸ ਦੇ ਵਿੱਚ ਮੈਂ 350 ਦੇ ਕਰੀਬ ਕੱਲਾ ਸਾਇੰਸ ਦੇ ਕੁਐਸਚਨ ਪਾਏ ਆ ਮੈਂ ਜਿਸ ਦੇ ਵਿੱਚ 8ਵੀਂ ਪੱਧਰ ਦੀ ਸਾਰੀ ਸਾਇੰਸ ਆ ਜਾਂਦੀ ਹੈ ਬਿਮਾਰੀਆਂ ਨਾਲ ਰਿਲੇਟਡ ਹੋਰ ਬੇਸਿਕ ਕੁਐਸਚਨ ਸਾਰੇ ਮੈਂ ਪਾਏ ਆ ਠੀਕ ਹੈ ਇਸ ਤੋਂ ਇਲਾਵਾ ਵਿਟਾਮਿਨ ਨਾਲ ਰਿਲੇਟਡ ਕੁਐਸਚਨ ਤੁਹਾਨੂੰ ਮਿਲ ਜਾਣਗੇ ਠੀਕ ਹੈ ਪੂਰੀ ਪੀਡੀਐਫ ਇਹ ਤੁਹਾਡੇ ਸਾਹਮਣੇ ਹੈ ਐਮਸੀਕਿਊ ਪਲੱਸ ਵਨ ਲਾਈਨਰ ਕੁਐਸਚਨ ਠੀਕ ਹੈ ਵਨ ਲਾਈਨਰ ਕੁਐਸਚਨ ਮੈਂ ਇਸ ਦੇ ਵਿੱਚ ਕਾਫੀ ਜਿਆਦਾ ਪਾਏ ਆ ਠੀਕ ਹੈ ਸੋ ਤੁਹਾਨੂੰ ਘੱਟ ਤੋਂ ਘੱਟ 600 ਤੋਂ ਜ਼ਿਆਦਾ ਕੁਐਸਚਨ ਮਿਲਣਗੇ ਠੀਕ ਹੈ ਇਹ ਘੱਟ ਤੋਂ ਘੱਟ ਹੈ ਪੋਲਿਟੀ ਦੇ ਮੈਂ 150 ਤੋਂ ਜ਼ਿਆਦਾ ਕੁਐਸਚਨ ਪਾਏ ਆ ਇਸ ਦੇ ਵਿੱਚ ਠੀਕ ਹੈ ਬਾਕੀ ਜੀਓਗ੍ਰਾਫੀ ਦੇ ਕੁਐਸਚਨ ਹੈ ਠੀਕ ਹੈ ਚਲੋ ਆਪਾਂ ਇਸ ਵੀਡੀਓ ਵਿੱਚ ਹੁਣ ਦੇਖਾਂਗੇ ਪੰਜਾਬ ਜੀਕੇ ਦੇ ਕੁਐਸਚਨ ਠੀਕ ਹੈ ਜੋ ਬੇਸਿਕ ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਆ ਸਕਦੇ ਆ ਜਿਸ ਤਰ੍ਹਾਂ ਦੇ ਉਹ ਮੈਂ ਤੁਹਾਨੂੰ ਕਰਵਾਉਂਗਾ ਸਭ ਤੋਂ ਪਹਿਲਾ ਕੁਐਸਚਨ ਆਉਂਦਾ ਹੈ ਕਿ ਅਜੋਕਾ ਪੰਜਾਬ ਕਦੋਂ ਹੋਂਦ ਦੇ ਵਿੱਚ ਆਇਆ ਠੀਕ ਹੈ ਇਹ ਕੁਐਸਚਨ ਦਾ ਆਨਸਰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਅਜੋਕਾ ਪੰਜਾਬ ਹੈ ਜਿਹੜਾ ਉਹ 1 ਨਵੰਬਰ 1966 ਨੂੰ ਹੋਂਦ ਦੇ ਵਿੱਚ ਆਇਆ ਸੀ ਅਜੋਕੇ ਪੰਜਾਬ ਦਾ ਮਤਲਬ ਕੀ ਹੈ ਕਿ ਪੰਜਾਬ ਦੀ ਵੰਡ ਜਿਹੜੀ ਭਾਸ਼ਾ ਦੇ ਆਧਾਰ ਦੇ ਉੱਤੇ ਕੀਤੀ ਗਈ ਸੀ ਆ ਠੀਕ ਹੈ ਜਿਹੜਾ ਹੁਣ ਅੱਜ ਦਾ ਪੰਜਾਬ ਹੈ ਉਸ ਦਾ ਜਿਹੜਾ ਗਠਨ ਹੋਇਆ ਸੀ 1966 ਦੇ ਵਿੱਚ ਠੀਕ ਹੈ ਜੋ ਆਜ਼ਾਦੀ ਹੋਈ ਸੀ 1947 ਦੇ ਵਿੱਚ ਉਹ ਜੋ ਕਾ ਪੰਜਾਬ ਨਹੀਂ ਸੀ ਉਸ ਤੋਂ ਬਾਅਦ 1966 ਦੇ ਵਿੱਚ ਦੁਬਾਰਾ ਪੰਜਾਬ ਦੀ ਜਿਹੜੀ ਵੰਡ ਹੈ ਉਹ ਹੋਈ ਸੀ ਠੀਕ ਹੈ ਹਰਿਆਣੇ ਦਾ ਜਿਹੜਾ ਹਿੱਸਾ ਸੀ ਪੰਜਾਬ 'ਚ ਉਹ ਟੁੱਟਿਆ ਸੀ ਉਦੋਂ ਠੀਕ ਹੈ ਅਗਲਾ ਕੁਐਸਚਨ ਆਉਂਦਾ ਕਿ ਪੰਜਾਬ ਕਿਸ ਦੇਸ਼ ਨਾਲ ਆਪਣੀ ਹੱਦ ਸਾਂਝੀ ਕਰਦਾ ਹੈ ਪੰਜਾਬ ਕਿਹੜੇ ਦੇਸ਼ ਨਾਲ ਹੱਦ ਸਾਂਝੀ ਕਰਦਾ ਹੈ ਪਾਕਿਸਤਾਨ ਨਾਲ ਠੀਕ ਹੈ ਤੁਹਾਨੂੰ ਪਤਾ ਹੀ ਹੋਣਾ ਇਸ ਦਾ ਆਨਸਰ ਇਸ ਤੋਂ ਇਲਾਵਾ ਪੰਜਾਬ ਨਾਲ ਕਿਹੜੇ-ਕਿਹੜੇ ਯੂਟੀ ਜਾਂ ਫਿਰ ਰਾਜ ਲੱਗਦੇ ਆ ਉਹ ਵੀ ਤੁਹਾਨੂੰ ਪਤਾ ਹੀ ਹੋਣਾ ਠੀਕ ਹੈ ਚੰਡੀਗੜ੍ਹ ਯੂਟੀ ਹੋ ਗਿਆ ਹਰਿਆਣਾ Rajasthan ਆਪਣਾ ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਇਹ ਸਾਰੇ ਪੰਜਾਬ ਨਾਲ ਲੱਗਦੇ ਆ ਠੀਕ ਹੈ ਆ نیچے ਦੇਖ ਲਓ ਕੁਐਸਚਨ ਮੈਂ ਪਾਇਆ ਹੋਇਆ ਕਿਹੜੇ-ਕਿਹੜੇ ਰਾਜ ਲੱਗਦੇ ਆ Rajasthan Haryana Himachal Pradesh ਠੀਕ ਹੈ ਅਤੇ ਯੂਟੀ ਕਿਹੜੇ ਕਿਹੜੇ ਲੱਗਦੇ ਆ ਚੰਡੀਗੜ੍ਹ ਐਂਡ ਜੰਮੂ ਕਸ਼ਮੀਰ ਜੰਮੂ ਐਂਡ ਕਸ਼ਮੀਰ ਹੁਣ ਯੂਟੀ ਐ ਮੈਂ ਪੀਡੀਐਫ ਦੇ ਵਿੱਚ ਇੱਕ ਇਹ ਵੀ ਕੁਐਸਚਨ ਪਾਇਆ ਹੋਇਆ ਏ ਕਿ ਭਾਰਤ ਦੇ ਹੁਣ ਕਿੰਨੇ ਰਾਜ ਆ ਟੋਟਲ ਠੀਕ ਐ ਉਸ ਦੇ ਵਿੱਚ ਮੈਂ ਲਿਖਿਆ ਕਿ ਭਾਰਤ ਦੇ 28 ਰਾਜ ਐ 8 ਕੇਂਦਰ ਸ਼ਾਸਿਤ ਪ੍ਰਦੇਸ਼ ਐ ਪਰ ਬਹੁਤ ਸਾਰੇ ਮੈਨੂੰ ਕਮੈਂਟ ਆਏ ਕਿ ਨਹੀਂ ਭਾਰਤ ਵਿੱਚ 29 ਰਾਜ ਐ ਭਾਰਤ ਵਿੱਚ 29 ਰਾਜ ਪਹਿਲਾਂ ਸੀ ਹੁਣ ਭਾਰਤ ਦੇ ਵਿੱਚ 28 ਰਾਜ ਐ ਠੀਕ ਐ ਜਿਹੜਾ ਜੰਮੂ ਐਂਡ ਕਸ਼ਮੀਰ ਹੁਣ ਇਹ ਯੂਟੀ ਹੈ ਕੇਂਦਰ ਸ਼ਾਸਿਤ ਪ੍ਰਦੇਸ਼ ਹੈ ਠੀਕ ਹੈ ਸੋ ਸਾਰੇ ਜਾਣੇਗੇ ਯਾਦ ਰੱਖ ਲਓ 28 ਰਾਜ ਹੈ ਇੰਡੀਆ ਦੇ ਵਿੱਚ ਹੁਣ ਕਰੰਟਲੀ ਠੀਕ ਹੈ ਕਿਸੇ ਵੀ ਬੁੱਕ ਤੋਂ ਤੁਸੀਂ ਪੜਿਆ ਏ ਤਾਂ ਤੁਸੀਂ ਅਜਹੀਆਂ ਜੋ ਇਹੋ ਜਿਹੇ ਕੁਐਸਚਨ ਹੁੰਦੇ ਆ ਨਾ ਕੋਈ ਮੰਤਰੀ ਹੋਵੇ ਕੋਈ ਸਟੇਟ ਨਾਲ ਰਿਲੇਟਡ ਕੁਐਸਚਨ ਹੋਵੇ ਇਹਨਾਂ ਬਾਰੇ ਤੁਹਾਨੂੰ ਆਪ ਅਪਡੇਟ ਰਹਿਣਾ ਪੈਣਾ ਹੋ ਸਕਦਾ ਜਿਸ ਬੁੱਕ ਵਿੱਚੋਂ ਤੁਸੀਂ ਪੜਿਆ ਉਹ ਬੁੱਕ ਪਹਿਲਾਂ ਦੀ ਛਪੀ ਹੋਈ ਹੋਵੇ ਉਦੋਂ ਭਾਰਤ ਵਿੱਚ ਸੱਚੀ ਹੀ 29 ਰਾਜ ਹੋਣ ਠੀਕ ਹੈ ਸੋ ਬੁੱਕ ਵਿੱਚ ਦਾ ਕੋਈ ਵੀ ਚੇਂਜ ਨਹੀਂ ਕਰ ਸਕਦੇ ਮੈਂ ਤੁਹਾਨੂੰ ਦੱਸ ਸਕਦਾ ਹਾਂ ਠੀਕ ਹੈ ਮੈਂ ਤੁਹਾਨੂੰ ਅਪਡੇਟ ਦੇ ਸਕਦਾ ਹਾਂ ਠੀਕ ਹੈ ਕਿਉਂਕਿ ਮੈਂ ਤਾਂ ਵੈਰੀਫਾਈ ਕਰੂੰਗਾ ਕੁਐਸਚਨ ਨੂੰ ਕਿ ਹਾਂ ਹੁਣ ਭਾਰਤ ਵਿੱਚ ਕਿੰਨੇ ਰਾਜ ਹੈ ਇਹੋ ਜਿਹੇ ਕੁਐਸਚਨ ਨੂੰ ਮੈਂ ਹਮੇਸ਼ਾ ਵੈਰੀਫਾਈ ਕਰਦਾ ਹਾਂ ਠੀਕ ਹੈ ਸੋ ਤੁਸੀਂ ਧਿਆਨ ਰੱਖਿਓ ਪੇਪਰ ਦੇ ਵਿੱਚ ਗਲਤ ਨਾ ਕਰਦੇ ਹੋ ਹੁਣ ਭਾਰਤ ਦੇ ਵਿੱਚ 28 ਰਾਜ ਹੈ ਠੀਕ ਹੈ ਅਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ ਹੈ ਪੰਜਾਬ ਵਿੱਚ ਹੁਣ ਕਿੰਨੇ ਜ਼ਿਲ੍ਹੇ ਹਨ ਪੰਜਾਬ ਵਿੱਚ ਕਿੰਨੇ ਜ਼ਿਲ੍ਹੇ ਆ 23 ਜ਼ਿਲ੍ਹੇ ਆ ਨਵਾਂ ਜ਼ਿਲ੍ਹਾ ਕਿਹੜਾ ਬਣਿਆ ਮਲੇਰਕੋਟਲਾ ਕਿਹੜੇ ਜ਼ਿਲ੍ਹੇ ਵਿੱਚੋਂ ਬਣਿਆ ਸੰਗਰੂਰ ਵਿੱਚੋਂ ਠੀਕ ਹੈ ਅੱਗੇ ਵੀ ਕੁਐਸਚਨ ਮੈਂ ਪਾਇਆ ਨਵਾਂ ਜ਼ਿਲ੍ਹਾ ਮਲੇਰਕੋਟਲਾ ਬਣਿਆ ਪੰਜਾਬ ਦਾ ਠੀਕ ਹੈ ਪੰਜਾਬ ਦਾ ਰਾਜ ਪੰਛੀ ਕਿਹੜਾ ਏ ਗੋਸ਼ਾਕ ਜਾਨੀ ਕਿ ਬਾਜ ਵੀ ਇਹਨੂੰ ਕਹਿ ਦਿੰਨੇ ਆ ਠੀਕ ਹੈ ਅਗਲਾ ਕੁਐਸਚਨ ਹੈ ਪੰਜਾਬ ਦਾ ਰਾਜ ਰੁੱਖ ਕਿਹੜਾ ਹੈ ਸ਼ੀਸ਼ਮ জাফর ਟਾਲੀ ਠੀਕ ਹੈ ਪੰਜਾਬ ਦਾ ਰਾਜ ਜਾਨਵਰ ਕਿਹੜਾ ਹੈ ਕਾਲਾ ਹਿਰਨ ਇਹ ਬੇਸਿਕ ਜੇ ਕੁਐਸਚਨ ਹੈ ਇਸ ਤਰ੍ਹਾਂ ਦੇ ਹੀ ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਦੇਖਣ ਨੂੰ ਮਿਲਣਗੇ ਪਰ ਜਿਸ ਤਰ੍ਹਾਂ ਜੇ ਤੁਸੀਂ ਨਹੀਂ ਪੜੇ ਇਹ ਕੁਐਸਚਨ ਤਾਂ ਤੁਸੀਂ ਇਹ ਸੋਖੇ ਕੁਐਸਚਨ ਵੀ ਗਲਤ ਕਰ ਸਕਦੇ ਹੋ ਪੇਪਰ ਦੇ ਵਿੱਚ ਠੀਕ ਹੈ ਸੋ ਧਿਆਨ ਨਾਲ ਪੜ੍ਹ ਲਓ ਇਹਨਾਂ ਨੂੰ ਅੱਗੇ ਆ ਗਿਆ ਆਪਣੇ ਕੋਲ ਪੰਜਾਬ ਦੇ ਪਹਿਲੇ ਗਵਰਨਰ ਕੌਣ ਸਨ ਠੀਕ ਹੈ ਇਹ ਵੀ ਕਾਫੀ ਇੰਪੋਰਟੈਂਟ ਕੁਐਸਚਨ ਹੈ ਚੰਦੂ لال ਮਦਨ ਲਾਲ ਤ੍ਰिवेदी ਅੱਗੇ ਆ ਗਿਆ ਭਾਰਤ ਦੇ ਮੌਜੂਦਾ ਰਾਜਪਾਲ ਸੌਰੀ ਪੰਜਾਬ ਦੇ ਮੌਜੂਦਾ ਰਾਜਪਾਲ ਕੌਣ ਹਨ ਬਨਵਾਰੀ لال ਪ੍ਰੋਹਿਤ ਪਹਿਲੇ ਰਾਜਪਾਲ ਕੌਣ ਸੀ ਚੰਦੂ لال ਮਦਨ ਲਾਲ ਤ੍ਰिवेदी ਪੰਜਾਬ ਦੇ ਪਹਿਲੇ ਮੁੱਖ ਮੰਤਰੀ ਕੌਣ ਸਨ ਗੋਪੀ ਚੰਦ ਭਾਰਗਵ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਆ ਸਕਦਾ ਤੁਹਾਨੂੰ ਪੇਪਰ ਦੇ ਵਿੱਚ ਠੀਕ ਹੈ ਯਾਦ ਰੱਖਿਓ ਅਗਲਾ ਕੁਐਸਚਨ ਹੈ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਕੌਣ ਹਨ ਚਰਨਜੀਤ ਸਿੰਘ ਚੰਨੀ ਠੀਕ ਹੈ ਇਹਨਾਂ ਤੋਂ ਪਹਿਲਾਂ ਕੌਣ ਸੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿਧਾਨ ਸਭਾ ਦੇ ਪਹਿਲੇ ਸਪੀਕਰ ਕੌਣ ਸਨ ਕਪੂਰ ਸਿੰਘ ਠੀਕ ਹੈ ਪਹਿਲੇ ਸਪੀਕਰ ਸਨ ਵਿਧਾਨ ਸਭਾ ਦੇ ਕਪੂਰ ਸਿੰਘ ਪੰਜਾਬ ਵਿਧਾਨ ਸਭਾ ਹੈ ਕਿੱਥੇ ਆ ਚੰਡੀਗੜ੍ਹ ਦੇ ਵਿੱਚ ਪੰਜਾਬ ਵਿਧਾਨ ਸਭਾ ਦੇ ਮੌਜੂਦਾ ਸਪੀਕਰ ਕੌਣ ਹਨ ਰਾਣਾ ਕੇਪੀ ਸਿੰਘ ਠੀਕ ਹੈ ਅੱਗੇ ਅਗਲਾ ਕੁਐਸਚਨ ਆਉਂਦਾ ਮੋਸਟ ਇੰਪੋਰਟੈਂਟ ਪੰਜਾਬ ਲੋਕ ਸਭਾ ਦੀਆਂ ਕਿੰਨੀਆਂ ਸੀਟਾਂ ਹਨ 13 ਠੀਕ ਹੈ ਯਾਦ ਰੱਖਿਓ ਲੋਕ ਸਭਾ ਦੀਆਂ 13 ਸੀਟਾਂ ਐ ਪੰਜਾਬ ਦੀਆਂ ਅਤੇ ਰਾਜ ਸਭਾ ਦੀਆਂ ਕਿੰਨੀਆਂ ਸੀਟਾਂ ਐ 7 ਠੀਕ ਹੈ ਵਿਧਾਨ ਸਭਾ ਦੀਆਂ ਕਿੰਨੀਆਂ ਸੀਟਾਂ 117 ਠੀਕ ਹੈ ਯਾਦ ਰੱਖਿਓ ਕਾਫੀ ਇੰਪੋਰਟੈਂਟ ਕੁਐਸਚਨ ਐ ਸਾਰੀ ਇਸ ਤੋਂ ਇਲਾਵਾ ਅੱਗੇ ਆਉਂਦਾ ਕੁਐਸਚਨ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਕੌਣ ਸੀ ਰਜਿੰਦਰ ਕੋਰ ਪਠੜ ਠੀਕ ਹੈ ਇਹ ਵੀ ਕੁਸ਼ਨ ਇੰਪੋਰਟੈਂਟ ਬਣਦਾ ਏ ਵਿਆਸ ਅਤੇ ਸਤਲੁਜ ਦਰਿਆ ਦਾ ਸੰਗਮ ਕਿੱਥੇ ਹੁੰਦਾ ਏ ਹਰੀਕੇ ਪੱਤਣ ਠੀਕ ਹੈ ਵਿਆਸ ਅਤੇ ਸਤਲੁਜ ਦਰਿਆ ਹਰੀਕੇ ਪੱਤਣ ਅ ਵਿੱਚ ਜਾ ਕੇ ਮਿਲ ਜਾਂਦੇ ਆ ਠੀਕ ਹੈ ਖਾਲਸਾ ਪੰਥ ਦੀ ਸਥਾਪਨਾ ਕਦੋਂ ਹੋਈ ਸੀ 1699 ਈਸਵੀ ਦੇ ਵਿੱਚ ਅਨੰਦਪੁਰ ਸਾਹਿਬ ਵਿਖੇ ਕੀਤੀ ਗਈ ਸੀ ਠੀਕ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਠੀਕ ਹੈ ਸੋ ਇਸ ਤਰ੍ਹਾਂ ਦੇ ਮੈਂ ਕੁਐਸਚਨ ਪਾਏ ਆ ਅਗਲੀ ਵੀਡੀਓ ਵਿੱਚ ਮੈਂ ਤੁਹਾਨੂੰ ਸਾਇੰਸ ਦੇ ਕੁਐਸਚਨ ਵੀ ਦਿਖਾ ਦੂੰਗਾ ਠੀਕ ਹੈ ਸੋ ਜੇ ਤੁਸੀਂ ਇਹਨਾਂ ਨੂੰ ਲੈਣਾ ਚਾਹੁੰਦੇ ਹੋ ਤਾਂ ਜੋ ਮੈਂ ਤੁਹਾਨੂੰ ਡਿਟੇਲ ਦੱਸੀ ਹੈ ਉਸ ਦੇ ਉੱਤੇ ਮੈਸੇਜ ਕਰ ਲਿਓ ਪੇਮੈਂਟ ਸੈਂਡ ਕਰ ਦਿਓ ਮੈਂ ਤੁਹਾਨੂੰ ਇਹ ਦੋਨੇ ਪੀਡੀਐਫਾਂ ਦੇ ਦੂੰਗਾ ਦੋਨਾਂ ਦੇ ਟੋਟਲ 145 ਦੇ ਕਰੀਬ ਪੇਜ ਬਣਨਗੇ ਵਨ ਲਾਈਨਰ ਕੁਐਸਚਨ ਜ਼ਿਆਦਾ ਹੈ ਮੈਂ ਕੁਐਸਚਨ ਜ਼ਿਆਦਾ ਤੋਂ ਜ਼ਿਆਦਾ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਹੀ ਮੈਂ ਐਮਸੀਕਿਊ ਘੱਟ ਬਣਾਏ ਆ ਠੀਕ ਹੈ ਤਾਂ ਜੋ ਤੁਹਾਨੂੰ ਜਿਆਦਾ ਤੋਂ ਜਿਆਦਾ ਡਾਟਾ ਮਿਲ ਸਕੇ ਪੀਪਰ ਤੋਂ ਪਹਿਲਾਂ ਪੜਨ ਨੂੰ ਇਸ ਤੋਂ ਇਲਾਵਾ ਮੈਂ ਇੱਕ ਸਪੈਸ਼ਲ ਟੈਲੀਗ੍ਰਾਮ ਗਰੁੱਪ ਵੀ ਬਣਾਇਆ ਹੈ ਜਿਸ ਦੇ ਵਿੱਚ ਤੁਹਾਨੂੰ ਐਡ ਕੀਤਾ ਜਾਏਗਾ ਜਦੋਂ ਤੁਸੀਂ ਪੇਮੈਂਟ ਕਰ ਦੋਗੇ ਇਹ ਪੀਡੀਐਫ ਦੇ ਨਾਲ ਤੁਹਾਨੂੰ ਉਸ ਦਾ ਵੀ ਲਿੰਕ ਮਿਲ ਜਾਏਗਾ ਠੀਕ ਹੈ ਉਸ ਦੇ ਵਿੱਚ ਪੀਪਰ ਤੋਂ ਪਹਿਲਾਂ ਮੈਂ ਤੁਹਾਨੂੰ ਹੋਰ ਮਟੀਰੀਅਲ ਇਸ ਤੋਂ ਬਿਨਾ ਵੀ ਮੈਂ ਪ੍ਰੋਵਾਈਡ ਕਰੂੰਗਾ ਠੀਕ ਹੈ ਸੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਧੰਨਵਾਦ